ਕਮੈਂਟਰੀ ਟੀਵੀ ਵੇਖ ਰਹੇ ਸਾਰੇ ਪਿਆਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਣ ਜਾ ਰਹੇ ਹੈਗੇ ਹਾਂ ਕਿ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ ਹੁਣ ਕਿਸੇ ਵੀ ਟੋਲ ਪਲਾਜ਼ਾ 'ਤੇ ਕਿਸੇ ਵੀ ਤਰ੍ਹਾਂ ਦਾ ਟੋਲ ਟੈਕਸ ਜਿਹੜਾ ਨਹੀਂ ਦੇਣਾ ਪਵੇਗਾ। ਕਿਹੜੇ ਕਿਹੜੇ ਉਹ ਲੋਕ ਹੈਗੇ ਨੇ, ਕੀ ਕੰਮ ਕਰਦੇ ਨੇ, ਸਿਰਫ ਕਿਹਨਾਂ ਲੋਕਾਂ ਦਾ ਮਾਫ਼ ਹੋਇਆ ਟੋਲ ਪਲਾਜ਼ਾ, ਕਿਹੜੇ ਕਿਹੜੇ ਟੋਲ ਪਲਾਜ਼ਾ 'ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਜੋ ਟੋਲ ਹੈਗਾ ਉਹ ਨਹੀਂ ਦੇਣਾ ਪਵੇਗਾ, ਉਹਨਾਂ ਕੋਲ ਕਿਹੜੇ ਡਾਕੂਮੈਂਟ ਹੋਣੇ ਚਾਹੀਦੇ ਨੇ ਜਿਨ੍ਹਾਂ ਦੇ ਕਰਕੇ ਉਹਨਾਂ ਨੂੰ ਟੋਲ ਪਲਾਜ਼ਾ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ ਜਿਹੜਾ ਨੈਸ਼ਨਲ ਹਾਈਵੇ ਜੋ ਅਥਾਰਟੀ ਹੈਗੀ ਆ ਉਹਨਾਂ ਨੂੰ ਨਹੀਂ ਦੇਣਾ ਹੋਵੇਗਾ। ਪੂਰੀ ਜਾਣਕਾਰੀ ਤੁਹਾਨੂੰ ਏ ਟੂ ਜ਼ੈਡ ਇਸ ਵੀਡੀਓ ਵਿੱਚ ਅਸੀਂ ਐਕਸਪਲੇਨ ਜਿਹੜੀ ਆ ਕਰਾਂਗੇ। ਸਾਡੇ ਚਾਰ ਟੋਪਿਕ ਨੇ ਕਿ ਕਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ ਨਹੀਂ ਦੇਣਾ ਹੋਵੇਗਾ, ਕਿਉਂ ਨਹੀਂ ਦੇਣਾ ਪੈਂਦਾ, ਸਰਕਾਰ ਉਹਨਾਂ ਕੋਲੋਂ ਕਿਉਂ ਨਹੀਂ ਟੋਲ ਟੈਕਸ ਲੈਂਦੀ ਹੈਗੀ, ਠੀਕ ਹੈ। ਸੋ ਕਿਹੜੇ ਕਿਹੜੇ ਡਾਕੂਮੈਂਟ ਜਿਹੜੇ ਉਹਨਾਂ ਕੋਲ ਹੋਣੇ ਚਾਹੀਦੇ ਨੇ ਜਿਨ੍ਹਾਂ ਤੋਂ ਜੇਕਰ ਉਹਨਾਂ ਕੋਲ ਹੋਣਗੇ ਤਾਂ ਉਹਨਾਂ ਨੂੰ ਟੋਲ ਟੈਕਸ ਜਿਹੜਾ ਨਹੀਂ ਦੇਣਾ ਪਵੇਗਾ। ਪੂਰੀ ਜਾਣਕਾਰੀ ਵਨ ਬਾਏ ਵਨ ਅਸੀਂ ਐਕਸਪਲੇਨ ਕਰਾਂਗੇ। ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖ ਲੈਣਾ ਜੇਕਰ ਤੁਸੀਂ ਵੀ ਆਪਣਾ ਟੋਲ ਟੈਕਸ ਹਜ਼ਾਰਾਂ ਰੁਪਏ ਤੱਕ ਦਾ ਬਚਾਉਣਾ ਚਾਹੁੰਦੇ ਹੋ, ਕਿਉਂਕਿ ਇਹ ਇੱਕ ਦਿਨ ਦਾ ਕੰਮ ਨਹੀਂ ਹੁੰਦਾ। ਅਸੀਂ ਜਦੋਂ ਵੀ ਕਿਤੇ ਜਾਂਦੇ ਹਾਂ ਤਾਂ ਅਸੀਂ ਸਭ ਤੋਂ ਪਹਿਲਾਂ ਇਹੀ ਸੋਚ ਲੈਂਦੇ ਹੈਗੇ ਹਾਂ ਕਿ ਰਸਤੇ ਵਿੱਚ ਟੋਲ ਪਲਾਜ਼ਾ ਕਿੰਨੇ ਆਉਣਗੇ, ਸਾਡੀ ਜੇਬ ਕਿੰਨੀ ਭਰੀ ਹੋਈ ਹੈ ਅਤੇ ਕਿੰਨੀ ਸਾਡੀ ਜੇਬ ਜਿਹੜੀ ਆ ਖਾਲੀ ਹੋਵੇਗੀ ਟੋਲ ਟੈਕਸਾਂ ਦੀ। ਪਰ ਜੋ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਜਾਣਕਾਰੀ ਦੇਵਾਂਗੇ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ, ਤੁਹਾਡੇ ਲਈ ਹੀ ਨਹੀਂ ਤੁਹਾਡੇ ਰਿਸ਼ਤੇਦਾਰਾਂ ਲਈ ਵੀ ਬਹੁਤ ਜ਼ਿਆਦਾ ਲਾਭਦਾਇਕ ਹੋਣ ਵਾਲੀ ਆ। ਸੋ ਵੀਡੀਓ ਨੂੰ ਛੇਤੀ ਤੋਂ ਛੇਤੀ ਚਲਦੀ ਹੋਈ ਨੂੰ ਲਾਈਕ ਦੇ ਬਟਨ 'ਤੇ ਕਲਿੱਕ ਕਰਕੇ ਲਾਈਕ ਜ਼ਰੂਰ ਕਰ ਦੇਣਾ, ਕਿਉਂਕਿ ਇਹ ਮਹੱਤਵਪੂਰਨ ਜਾਣਕਾਰੀ ਹੈ ਜੋ ਕਿ ਅਜੇ ਤੱਕ ਤੁਹਾਨੂੰ ਯੂਟਿਊਬ 'ਤੇ ਕਿਸੇ ਨੇ ਵੀ ਨਹੀਂ ਦੱਸੀ ਹੋਵੇਗੀ, ਠੀਕ ਆ। ਸੋ ਆਓ ਹੁਣ ਅਸੀਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੀ ਨਾ, ਤੁਸੀਂ ਸਮਝਿਓ ਤੁਸੀਂ ਜੇਕਰ ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਵਿੱਚ ਵੀ ਜਾਂਦੇ ਹੋ, ਹਰਿਆਣਾ ਜਾ ਰਹੇ ਹੋ, ਚੰਡੀਗੜ੍ਹ ਜਾ ਰਹੇ ਹੋ, ਦਿੱਲੀ ਜਾ ਰਹੇ ਹੋ, ਠੀਕ ਆ, ਜੰਮੂ ਕਸ਼ਮੀਰ ਜਾ ਰਹੇ ਹੋ, ਹਿਮਾਚਲ ਪ੍ਰਦੇਸ਼ ਜਾ ਰਹੇ ਹੋ, ਰਸਤੇ ਵਿੱਚ ਤੁਹਾਨੂੰ ਜਿੰਨੇ ਵੀ ਟੋਲ ਪਲਾਜ਼ਾ ਆਉਂਦੇ ਨੇ ਜੋ ਕਿ NHAI ਦੇ ਅੰਡਰ ਹੈਗੇ ਨੇ, ਜੋ ਕਿ ਇੱਕ ਨੈਸ਼ਨਲ ਹਾਈਵੇ ਦੀ ਅਥਾਰਟੀ ਹੈਗੀ ਆ, ਜਿਹੜੇ ਕਿ ਲੋਕਾਂ ਕੋਲੋਂ ਰੋਡ ਟੈਕਸ ਲੈਂਦੇ ਨੇ। ਜਦੋਂ ਤੁਸੀਂ ਗੱਡੀਆਂ ਚਲਾਉਂਦੇ ਹੋ ਰੋਡ 'ਤੇ ਤਾਂ ਉਹਦਾ ਟੈਕਸ ਜਿਹੜਾ ਲੈਂਦੇ ਨੇ, ਪਰ ਪੰਜਾਬ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਵਿਅਕਤੀ ਹੈਗੇ ਨੇ ਜਿਨ੍ਹਾਂ ਨੂੰ ਹੁਣ ਰੋਡ ਟੈਕਸ ਜਿਹੜਾ ਨਹੀਂ ਦੇਣਾ ਪਵੇਗਾ, ਠੀਕ ਆ। ਸੋ ਗੱਲ ਕਰ ਲੈਂਦੇ ਹੈਗੇ ਹਾਂ ਕਿ ਦੇਖੋ ਸਭ ਤੋਂ ਫਸਟ ਨੰਬਰ 'ਤੇ ਕਿਹੜੇ ਉਹ ਲੋਕ ਹੈਗੇ ਨੇ, ਕਿਸ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ। ਜੇਕਰ ਦੋਸਤੋ ਦੇਖੋ ਇਹਦੇ ਵਿੱਚ ਸਰਕਾਰ ਨੇ ਕੋਈ ਵੀ ਕੈਟਾਗਰੀ ਦਾ ਮਾਇਨਾ ਨਹੀਂ ਰੱਖਿਆ ਹੈਗਾ। ਜੇਕਰ ਤੁਸੀਂ SC ਹੋ, BC ਹੋ, OBC ਹੋ, ਜਰਨਲ ਹੋ ਜਾਂ ਫਿਰ ਅਦਰ ਤੁਹਾਡੀ ਕੈਟਾਗਰੀ ਆ, ਤੁਹਾਨੂੰ ਕੈਟਾਗਰੀ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੈਗੀ। ਤੁਹਾਡੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੈਟਾਗਰੀ ਆ, ਤੁਹਾਨੂੰ ਟੋਲ ਟੈਕਸ ਜਿਹੜਾ ਨਹੀਂ ਦੇਣਾ ਹੋਵੇਗਾ। ਪਰ ਕਿਹੜੇ ਕਿਹੜੇ ਉਹ ਲੋਕ ਨੇ, ਕਿਹੜਾ ਉਹ ਕੰਮ ਕਰਦੇ ਨੇ, ਉਹਦੇ ਬਾਰੇ ਅਸੀਂ ਸਭ ਤੋਂ ਪਹਿਲਾਂ ਐਕਸਪਲੇਨ ਕਰ ਲੈਂਦੇ ਹਾਂ। ਦੇਖੋ ਜਿਹੜੇ ਵੀ ਪੰਜਾਬ ਦੇ ਵਿੱਚ ਲੋਕ ਹੈਗੇ ਨੇ ਜਿਨ੍ਹਾਂ ਨੇ ਗੱਡੀਆਂ ਰੱਖੀਆਂ ਹੋਈਆਂ ਨੇ ਆਪਣੀਆਂ, ਠੀਕ ਆ, ਚਾਹੇ ਤੁਹਾਡੇ ਕੋਲ ਕੋਈ ਵੀ ਗੱਡੀ ਆ, 4-Wheeler ਹੈ, 6-Wheeler ਹੈ, ਵੱਡੀਆਂ ਗੱਡੀਆਂ ਨੇ, ਟਰਾਲੇ ਨੇ, ਟਰੱਕ ਨੇ, ਤੁਹਾਨੂੰ ਰੋਡ ਟੈਕਸ ਜਿਹੜਾ ਨਹੀਂ ਦੇਣਾ ਪਵੇਗਾ। ਹਾਂ ਜਿਹੜਾ ਉਹ ਕੁਆਰਟਰਲੀ ਟੈਕਸ ਹੁੰਦਾ ਉਹ ਤਾਂ ਦੇਣਾ ਹੀ ਪਵੇਗਾ, ਬਟ ਜਦੋਂ ਤੁਸੀਂ ਟੋਲ ਪਲਾਜ਼ਾ ਤੋਂ ਕਰੋਸਿੰਗ ਕਰਨੀ ਹੈ ਨਾ, ਉਦੋਂ ਤੁਹਾਨੂੰ ਟੋਲ ਟੈਕਸ ਜਿਹੜਾ ਨਹੀਂ ਦੇਣਾ ਪੈਂਦਾ। ਸਭ ਤੋਂ ਪਹਿਲੇ ਜਿਹੜੇ ਲੋਕ ਆਉਂਦੇ ਹੈਗੇ ਨੇ ਉਹ ਆਉਂਦੇ ਹੈਗੇ ਨੇ ਕਿ ਜਿਹੜੇ ਲੋਕ ਇੰਪਲੋਇਮੈਂਟ ਹੈਗੇ ਨੇ, ਜਿਹੜੇ ਕਿ ਸਰਕਾਰੀ ਅਦਾਰਿਆਂ ਵਿੱਚ ਲੱਗੇ ਹੋਏ ਨੇ। ਮੰਨ ਲਓ ਤੁਸੀਂ ਇੱਕ ਆਰਮੀ ਵਿੱਚ ਹੋ, ਤੁਸੀਂ ਇੱਕ ਆਰਮੀ ਦੀ ਜੋਬ ਕਰ ਰਹੇ ਹੋ, ਠੀਕ ਆ, ਤਾਂ ਤੁਹਾਡੇ ਕੋਲ ਡਾਕੂਮੈਂਟ ਜਿਹੜੇ ਨੇ ਉਹਦੇ ਬਾਰੇ ਅਸੀਂ ਲਾਸਟ ਵਿੱਚ ਗੱਲਬਾਤ ਕਰਾਂਗੇ। ਹੋਰ ਵੀ ਬਹੁਤ ਸਾਰੇ ਲੋਕ ਹੈਗੇ ਨੇ, ਮਤਲਬ ਕਿ ਗੌਰਮੈਂਟ ਸਰਵਿਸ ਵਾਲੇ ਹੀ ਨਹੀਂ, ਪ੍ਰਾਈਵੇਟ ਵਾਲੇ ਵੀ ਹੈਗੇ ਨੇ, ਉਹਨਾਂ ਦੇ ਬਾਰੇ ਵੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਦੇ ਰਹਾਂਗੇ। ਸਭ ਤੋਂ ਪਹਿਲੇ ਜਿਹੜੇ ਲੋਕ ਹੈਗੇ ਨੇ ਉਹ ਲੋਕ ਹੈਗੇ ਨੇ ਆਰਮੀ ਵਾਲੇ, BSF ਵਾਲੇ, ਠੀਕ ਆ, ਜੇ ਪ੍ਰੈਸ ਰਿਪੋਰਟਰ ਹੈਗੇ ਨੇ, ਪੱਤਰਕਾਰ ਜਿਹੜੇ ਹੁੰਦੇ ਨੇ ਉਹ ਹੈਗੇ ਨੇ ਇਹਦੇ ਵਿੱਚ। ਫਿਰ ਜਿਹੜੇ ਪ੍ਰੈਸ ਰਿਪੋਰਟਰਾਂ ਦੇ ਨਾਲ ਟਾਈਪਿਸਟ ਹੈਗੇ ਨੇ, ਕਿਸੇ ਵੀ ਕੰਪਨੀ ਵਿੱਚ ਤੁਸੀਂ ਲੱਗੇ ਹੋਏ ਹੋ, ਪ੍ਰਾਈਵੇਟ ਅਦਾਰਿਆਂ ਵਿੱਚ ਲੱਗੇ ਹੋਏ ਹੋ, ਜੇਕਰ ਉਹ ਕੰਪਨੀ ਤੁਹਾਡੀ ਨੈਸ਼ਨਲ ਹਾਈਵੇ ਨੂੰ ਟੈਕਸ ਪੇ ਕਰਦੀ ਆ, ਕਿਉਂਕਿ ਬਹੁਤ ਸਾਰੀਆਂ ਇੱਦਾਂ ਦੀਆਂ ਕੰਪਨੀਆਂ ਵੀ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਇੰਪਲੋਏ ਕੰਮ ਕਰਦੇ ਨੇ, ਠੀਕ ਹੈ, ਪ੍ਰਾਈਵੇਟ ਕੰਪਨੀਆਂ ਵੀ ਕਾਫੀ ਹੈਗੀਆਂ ਨੇ। ਬਾਕੀ ਤੁਸੀਂ ਹੋਰ ਲਿਸਟ ਦੇਖਣੀ ਹੈ ਤਾਂ ਵੈਬਸਾਈਟ ਦਾ ਲਿੰਕ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਮੈਂ ਦੇ ਦਿੱਤਾ। ਉਹਨਾਂ ਦੇ ਵਿੱਚ ਜੋ ਕੰਮ ਕਰਦੇ ਹੈਗੇ ਨੇ ਉਹਨਾਂ ਨੂੰ ਹੁਣ ਰੋਡ ਟੈਕਸ ਜਿਹੜਾ ਨਹੀਂ ਦੇਣਾ ਪਵੇਗਾ, ਠੀਕ ਆ। ਇਸ ਤੋਂ ਇਲਾਵਾ ਜਿਹੜੇ ਮਰਚੈਂਟ ਨੇਵੀ ਵਿੱਚ ਹੁੰਦੇ ਨੇ ਉਹਨਾਂ ਨੂੰ ਰੋਡ ਟੈਕਸ ਜਿਹੜਾ ਦੇਣਾ ਪੈਂਦਾ, ਪਰ ਕਈਆਂ ਨੂੰ ਨਹੀਂ ਦੇਣਾ ਪੈਂਦਾ। ਜੇਕਰ ਉਹਨਾਂ ਕੋਲ ਓਰੀਜਨਲ CDC ਹੈ ਜਾਂ ਫਿਰ CDC ਵਾਲਾ PVC ਕਾਰਡ ਹੈ ਤਾਂ ਉਹ ਵੀ ਆਪਣਾ ਰੋਡ ਟੈਕਸ ਵੀ ਬਚਾ ਸਕਦੇ ਨੇ। ਇਸ ਤੋਂ ਇਲਾਵਾ ਇੰਡੀਅਨ ਨੇਵੀ ਵਾਲੇ ਹੈਗੇ ਨੇ,
एयरफोर्स वाले है रिटायरमेंट रिटायरमेंट आए पुलिस कर्मचारी है इस तो इलावा रिटायरमेंट आए पेंशनर है ठीक है रिटायरमेंट आए एयरफोर्सिस वाले है सो जिन्हें भी सरकारी अदारे है एस एस बी है सी आर पी एफ है जेकर उन्होंने को अपने आइडेंटी कार्ड है जेकर उन्होंने को अपने पी वी सी कार्ड है जेकर उन्होंने को अपने रिटायरमेंट के आइडेंटी कार्ड है कंटीन कार्ड्स है उन्होंने रोड टैक्स नहीं देना पवेगा पर कुछ टोल प्लाजा में देना भी पैंता है क्योंकि कुछ टोल प्लाजा के नहीं भी चलते है कि टोल प्लाजा में नहीं चलते वह भी वैबसाइट का लिंक तुम अभी डिस्क्रिप्शन दे दिता है उतों जाके होर जानकारी भी चैक कर सकते हो हूँ तो असं गल कर लें कि इन लोगों को क्यों नहीं देना पैंता टैक्स दोस्तों देखो कि जो सरकार हैगी है जो इन डिपार्टमेंटा जॉब करते हैं सरकार ने उन्होंने उन्होंने टैक्स जोड़े ऑलरेडी उन्होंने को लै ले होंगे ने फिर ही उन्होंने फ्री ऑफ कॉस्ट जोड़ा लंघिया जाता तुम ये ना समझो कि असं फ्री में ही जा रहे हैं नहीं जो तुम रिटायरमेंट आते हो चाहे तुम कोई गवर्नमेंट जॉब करते हो तो टैक्स जोड़े आकार कटदी आ तुसी उहदा फायदा लेना चाहो या ना लेना चाहो पर सरकार ने की किया होंदा तुहाडे 1-2% पैसे जिहड़े तुहाडे एनुअली तुहाडे कट्टे हुंदे ने फिर ही तुहानू इन्हां चीज़ों का बेनीफिट जिहड़ा मिलता है बिल्कुल फ्री ऑफ कॉस्ट तुहानू कुछ नहीं मिलता हाँ ये है कि तुसी पहला ही टैक्स जिहड़े सरकार ने तुहाडे खाते विचों कट्टदे हुंदे ने अगे असीं गल करदे हां कि किहड़े डाकूमेंट होने जरूरी ने दोस्तों तुहाडे कोल पी वी सी कार्ड वाले ओरिजिनल डाकूमेंट होने चाहिए ने जेकर कोई आर्मी या किसी भी तरह के डिपार्टमेंट विचों छुट्टी आया तो उहदे कोल लीव सर्टिफिकेट होना चाहिए है ठीक है पी वी सी कार्ड जिहड़े आ उह होने चाहिए ने जिवें कि कंटीन कार्ड हैगा रिटायरमेंट आया आइडेंटी कार्ड हैगा तुसीं इस समय जॉब कर रहे हो उहदा परमानेंट जॉब आइडेंटी कार्ड हैगा किते तुसीं जॉब कर रहे हैगे हो उहदा एक परमानेंट आइडेंटी कार्ड एड्रैस हुंदा है वह होना चाहिए सो इदां दी जिहड़ी तुहानूं डाकूमेंट तुसीं दस रहे हैगे आ इह डाकूमेंट तुहाडे कोल होने जरूरी ने जिहदे ते गवर्नमेंट ऑफ इंडिया का लोगो होवे गवर्नमेंट ऑफ इंडिया के जो वड्डे वड्डे गवर्नर हैगे ने उहनां दे सिग्नेचर होने चाहिए ने ठीक है जेकर यह सब कुछ है तो फिर तुहाडा टोल प्लाजा ते टैक्स तुहाडा नहीं लगेगा तुहाडा उह कार्ड देखणगे ते तुहानूं जाण दे लई कह देणगे कि तुसीं जा सकदे हो तुहाडा टोल प्लाजा टैक्स जिहड़ा असीं नहीं लवांगे सो यह साडा अज्ज दा वीडियो जिहदे विच तुसीं बहुत सारे लोग पुछ रहे सी कि टोल प्लाजा किन्हां लोगों को देना पवेगा किन्हां नूं नहीं देना पवेगा सो हुण पूरे पंजाब दे विच ही नहीं जिन्नियां भी स्टेटस आईआं ने इंडिया दे विच तुसीं अपना रोड टैक्स टोल प्ले जिहड़ा तुसीं बचा सकदे हो धन्नवाद शुक्रिया।